ਤਾਂ ਲੁਧਿਆਣਾ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ। ਲੁਧਿਆਣਾ ਦੇ ਵਿੱਚ ਗੋਲੀਆਂ ਚੱਲੀਆਂ ਨੇ, ਇੱਕ ਵਿਆਹ ਸਮਾਗਮ ਦੇ ਦੌਰਾਨ 3 ਫਾਇਰ ਕੀਤੇ ਗਏ ਨੇ, ਇੱਕ ਨੌਜਵਾਨ ਜ਼ਖਮੀ ਦੱਸਿਆ ਜਾ ਰਿਹਾ ਹੈ। ਦਰਅਸਲ ਬਰਾਤੀ ਕੁੜੀ ਵਾਲਿਆਂ ਦਾ ਕਹਿਣਾ ਹੈ ਕਿ ਬਰਾਤੀ ਸ਼ਰਾਬ ਦੇ ਨਸ਼ੇ 'ਚ ਧੁੱਤ ਸਨ, ਡੀਜੇ ਫਲੋਰ 'ਤੇ ਨੱਚ ਰਹੇ ਸੀ। ਗਾਣਿਆਂ ਨੂੰ ਲੈ ਕੇ ਕੁੜੀ ਵਾਲਿਆਂ ਦੇ ਵੱਲੋਂ ਇੱਕ ਨੌਜਵਾਨ ਦੇ ਨਾਲ ਬਹਿਸ ਹੋ ਜਾਂਦੀ ਹੈ, ਜਿਸ ਤੋਂ ਬਾਅਦ ਇੱਕ ਬਰਾਤੀ ਆਪਣੇ ਪਿਸਟਲ ਦੇ ਵਿੱਚੋਂ 3 ਫਾਇਰ ਕਰਦਾ ਹੈ, ਜਿਸ ਕਰਕੇ ਇੱਕ ਨੌਜਵਾਨ ਦੇ ਦਿਲ ਨੇੜੇ ਗੋਲੀ ਵੱਜੀ ਹੈ, ਜਿਸ ਨੂੰ ਕਿ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਹੈ। ਜ਼ਖਮੀ ਦਾ ਨਾਮ ਵਿੱਕੀ ਦੱਸਿਆ ਜਾ ਰਿਹਾ ਹੈ। ਸ਼ਰਾਬ ਦੇ ਨਸ਼ੇ ਦੇ ਵਿੱਚ ਸਨ ਬਰਾਤੀ, ਇਸ ਤਰੀਕੇ ਦੇ ਇਲਜ਼ਾਮ ਲਗਾ ਰਹੇ ਨੇ ਕੁੜੀ ਵਾਲੇ। ਤਾਂ ਦੱਸ ਦਈਏ ਕਿ ਕੁੜੀ ਦੀ ਡੋਲੀ ਵੀ ਵਿਦਾ ਹੋ ਚੁੱਕੀ ਹੈ, ਪਰ ਪੈਲੇਸ ਦੀ ਛੱਤ 'ਤੇ ਗੋਲੀਆਂ ਦੇ ਨਿਸ਼ਾਨ ਹਾਲੇ ਵੀ ਨੇ। ਤਾਂ ਵੱਡੀ ਖਬਰ ਹੈ, ਵਿਆਹ ਦੇ ਵਿੱਚ ਗੋਲੀਆਂ ਚੱਲੀਆਂ ਨੇ, ਡੀਜੇ ਤੇ ਗਾਣਿਆਂ ਦੇ ਪਿੱਛੇ ਜਿਹੜੇ ਬਰਾਤੀ ਨੇ ਉਹ ਲੜ ਪਏ ਨੇ, ਇੱਕ ਨੌਜਵਾਨ ਦੇ ਦਿਲ ਨੇੜੇ ਗੋਲੀ ਵੱਜੀ ਹੈ। ਤਾਂ ਵੱਡੀ ਖਬਰ ਹੈ, ਪੰਜਾਬ ਦੇ ਲੁਧਿਆਣਾ ਪੱਖੋਵਾਲ ਰੋਡ 'ਤੇ ਐਲੇ ਗ੍ਰੀਨ ਮੈਲੇਜ ਪੈਲੇਸ, ਜਿੱਥੇ ਦੇਰ ਸ਼ਾਮ ਗੋਲੀਆਂ ਚੱਲ ਪਈਆਂ, ਡੀਜੇ ਤੇ ਗਾਣਾ ਬਦਲਣ ਨੂੰ ਲੈ ਕੇ ਜਿਹੜੇ ਬਰਾਤੀ ਸਨ ਉਹ ਗੁੱਸੇ ਦੇ ਵਿੱਚ ਆ ਗਏ ਅਤੇ ਥਾਂ ਥਾਂ ਕਰਕੇ 3 ਫਾਇਰ ਕਰ ਦਿੱਤੇ। ਇਸ ਫਾਇਰਿੰਗ ਦੇ ਵਿੱਚ ਕੁੜੀ ਵਾਲਿਆਂ ਦੇ ਵੱਲੋਂ ਆਇਆ ਮੁੰਡਾ ਗੁਰਸੇਵਕ ਉਰਫ ਵਿੱਕੀ ਦੇ ਛਾਤੀ ਦੇ ਵਿੱਚ ਗੋਲੀਆਂ ਵੱਜੀਆਂ ਨੇ, ਜਿੱਥੇ ਉਹ ਬੁਰੀ ਤਰੀਕੇ ਦੇ ਨਾਲ ਜ਼ਖਮੀ ਹੋ ਗਿਆ ਅਤੇ ਉਸਨੂੰ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਮੌਕੇ 'ਤੇ ਚਸ਼ਮਦੀਦਾਂ ਨੇ ਗਵਾਹੀ ਦਿੱਤੀ ਹੈ ਕਿ ਕਿਸਦੇ ਵੱਲੋਂ ਇਹ ਗੋਲੀਆਂ ਚਲਾਈਆਂ ਗਈਆਂ। ਉਹ ਨੌਜਵਾਨ ਹਾਲੇ ਫਰਾਰ ਹੈ ਅਤੇ ਮੌਕੇ 'ਤੇ ਵੱਡਾ ਇਕੱਠ ਹੋ ਜਾਂਦਾ ਹੈ, ਪੁਲਿਸ ਵੀ ਪਹੁੰਚੀ ਹੈ। ਸਾਡੇ ਸਾਥੀ ਪੱਤਰਕਾਰ ਰੋਹਿਤ ਗੌੜ ਮੌਕੇ 'ਤੇ ਮੌਜੂਦ ਨੇ, ਆਓ ਰੋਹਿਤ ਗੌੜ ਤੋਂ ਜਾਣਕਾਰੀ ਹਾਸਲ ਕਰਦੇ ਹਾਂ ਕਿ ਮੌਕੇ 'ਤੇ ਕੀ ਹਾਲਾਤ ਨੇ। ਥਾਂ ਦੇ ਪੱਖੋਵਾਲ ਰੋਡ 'ਤੇ ਨਿੱਜੀ ਰਿਜ਼ੋਰਟ 'ਚ ਚੱਲੀ ਗੋਲੀਆਂ ਤੋਂ ਬਾਅਦ ਵੀ ਵਿਆਹ ਦੇ ਰੀਤੀ ਰਿਵਾਜ਼ ਪੂਰੇ ਕੀਤੇ ਜਾ ਰਹੇ ਨੇ। ਤਸਵੀਰਾਂ ਸਭ ਤੋਂ ਪਹਿਲਾਂ ਤੁਹਾਨੂੰ ਦਿਖਾ ਦੇਣਾ ਚਾਹੁੰਦਾ, ਤੁਸੀਂ ਦੇਖ ਸਕਦੇ ਹੋ ਕਿ ਜਿਹੜੀ ਡੋਲੀ ਹੈ ਉਹ ਰਵਾਨਾ ਕੀਤੀ ਜਾ ਰਹੀ ਹੈ, ਔਰ ਇਸੀ ਰਿਜ਼ੋਰਟ ਦੇ ਵਿੱਚ ਜਿਹੜੀਆਂ ਗੋਲੀਆਂ ਚੱਲੀਆਂ ਨੇ, 3 ਗੋਲੀਆਂ ਚੱਲੀਆਂ ਨੇ। ਇੱਕ ਸ਼ਖਸ ਜਿਹੜਾ ਵਾ ਘਾਇਲ ਹੋਇਆ ਵਾ ਔਰ ਉਸਨੂੰ ਨਿੱਜੀ ਹੋਸਪਿਟਲ ਵਿੱਚ ਐਡਮਿਟ ਕਰਵਾ ਦਿੱਤਾ ਗਿਆ ਵਾ। ਉਸ ਤੋਂ ਬਾਅਦ ਪੁਲਿਸ ਇੱਥੇ ਪਹੁੰਚਦੀ ਹੈ ਔਰ ਪੂਰੇ ਮਾਮਲੇ ਦੀ ਜਾਂਚ ਕੀਤੀ ਜਾਂਦੀ ਹੈ ਅਤੇ ਪੁਲਿਸ ਹੁਣ CCTV ਕੈਮਰੇ ਖੰਗਾਲ ਲਈ ਹੈ ਕਿ ਕਿਸ ਸ਼ਖਸ ਪੱਖੋਂ ਕਿਸ ਤਰੀਕੇ ਨਾਲ ਗੋਲੀ ਚਲਾਈ ਗਈ ਹੈ। ਕਿਹਾ ਜਾ ਰਿਹਾ ਵਾ ਕਿ ਡੀਜੇ ਦੇ ਗਾਣਿਆਂ ਨੂੰ ਲੈ ਕੇ ਕਿਤੇ ਨਾ ਕਿਤੇ ਪਹਿਲਾਂ ਦੋ ਪੱਖਾਂ ਦੇ ਵਿੱਚ ਜਿਹੜੇ ਦੋ ਲੋਕ ਸੀਗੇ ਆਪਸ 'ਚ ਭਿੜਦੇ ਨੇ, ਆਪਸ 'ਚ ਬਹਿਸਬਾਜ਼ੀ ਕਰਦੇ ਨੇ ਅਤੇ ਉਸ ਤੋਂ ਬਾਅਦ ਇੱਕ ਸ਼ਖਸ ਪੱਖੋਂ ਗੋਲੀ ਚਲਾ ਦਿੱਤੀ ਜਾਂਦੀ ਹੈ, ਜਿਹੜੀ ਕਿ ਦੂਸਰੇ ਸ਼ਖਸ ਦੇ ਉੱਤੇ ਗੋਲੀ ਲੱਗਦੀ ਹੈ। 3 ਫਾਇਰ ਕੀਤੇ ਜਾਂਦੇ ਨੇ, ਇੱਕ ਸ਼ਖਸ ਜਦੋਂ ਘਾਇਲ ਹੋ ਜਾਂਦਾ ਉਸਨੂੰ ਨਿੱਜੀ ਹੋਸਪਿਟਲ 'ਚ ਐਡਮਿਟ ਕਰਾ ਦਿੱਤਾ ਗਿਆ ਵਾ, ਔਰ ਉਸ ਤੋਂ ਬਾਅਦ ਵੀ ਜਿਹੜੇ ਹੈ ਵਿਆਹ ਦੇ ਰੀਤੀ ਰਿਵਾਜ਼ ਪੂਰੇ ਕੀਤੇ ਜਾ ਰਹੇ ਨੇ ਔਰ ਪੁਲਿਸ ਦੂਜੇ ਪਾਸੇ ਇਸ ਪੂਰੇ ਮਾਮਲੇ ਦੀ ਜਾਂਚ 'ਚ ਜੁਟੀ ਹੋਈ ਹੈ। ਲੁਧਿਆਣਾ ਤੋਂ ਰੋਹਿਤ ਗੌੜ, ਨਿਊਜ਼ 18। ਕੀ ਮਸਲਾ ਕੀ ਹੋਇਆ ਵੀਰੇ, ਥੋੜ੍ਹਾ ਦੱਸੋਗੇ? ਮਸਲਾ ਯਾਰ, ਗੋਲੀ ਚੱਲ ਗਈ ਯਾਰ, ਉਰੇ ਮੁੰਡੇ ਨੇ ਗੋਲੀ ਮਾਰੀ ਯਾਰ। ਹਾਂਜੀ ਲੱਗੀ ਵੀਰੇ, ਉਹ ਸਿਵਲ ਹਸਪੀਟਲ 'ਚ ਗਿਆ ਹੋਇਆ ਮੁੰਡਾ ਯਾਰ, ਜ਼ਖਮੀ ਹੈ। ਹਾਂਜੀ, ਦਿਲ 'ਤੇ ਗੋਲੀ ਲੱਗੀ ਆ। ਕੀ ਮਸਲਾ ਕੀ ਹੋਇਆ ਸੀ? ਮਸਲਾ ਨੱਚਦੇ ਸੀਗੇ ਵੀਰੇ ਯਾਰ, ਨੱਚਦੇ ਕਿਸੇ ਨੇ ਫਾਇਰ ਕੱਢੇ, 3 ਫਾਇਰ ਹੋਏ ਨੇ ਜੀ। 3 ਫਾਇਰਾਂ ਦੇ ਵਿੱਚੋਂ ਕਹਿਣ ਦਾ ਮਤਲਬ ਇੱਕ ਗੋਲੀ ਦਿਲ 'ਤੇ ਲੱਗੀ ਹੈ ਵੀਰੇ, ਖਹਿ ਕੇ ਨੰਗੀ ਆ ਨਾਲ ਦਿਲ ਦੇ, ਕੋਈ ਸਾਰਾ ਨਹੀਂ ਲੱਗਿਆ। ਹਾਂ, ਨਾਲ ਖਹਿ ਕੇ ਨੰਗੀ ਹੈ ਵੀਰੇ ਦਿਲ ਦੇ। ਫਾਇਰ ਵੀਰੇ ਨੱਚਦੇ ਸੀ ਮੁੰਡੇ, ਹਲੇ CCTV ਚੈੱਕ ਕਰਦੇ ਨੇਗੇ, ਹਲੇ ਪਤਾ ਨਹੀਂ ਲੱਗਿਆ ਵੀ ਫਾਇਰ ਕਿੰਨਾ ਵੱਲੀਓ ਹੋਏ ਨੇ। ਹੁਣ ਪੁਲਿਸ ਆਈ ਹੈ? ਹਾਂਜੀ, ਪੁਲਿਸ ਅੰਦਰ ਆਈ ਹੈ। ਕਹਿ ਵੀ ਜਾ ਰਿਹਾ ਕੁਝ ਆਪਸੀ ਰੰਜਿਸ਼ ਝੜਪੂ ਹੋਈ ਹੈ ਕੋਈ? ਮਾੜੀ ਮੋਟੀ ਹੋਈ ਆ ਵੀਰੇ, ਪਰ ਫਾਇਰ ਪਹਿਲਾਂ ਹੋਏ ਨੇ, ਫੇਰ ਹੋਇਆ ਕੰਮ, 3 ਫਾਇਰ ਹੋਏ ਨੇ। ਕਿਸ ਚੀਜ਼ ਦੀ ਲੈ ਕੇ ਹੋਈ ਹੈ? ਗਾਣਿਆਂ ਪਿੱਛੇ ਹੋਈ ਹੈ ਵੀਰੇ ਯਾਰ। ਅੱਛਾ, ਹਾਂ ਜਿਹੜੇ ਮੁੰਡੇ ਵਾਲੇ ਸੀ, ਕੁੜੀ ਵਾਲੇ ਸੀਗੇ? ਮੁੰਡੇ ਵਾਲੇ ਸੀਗੇ ਵੀਰੇ ਯਾਰ। ਆਪਸ ਜਿਹੜੇ ਮੁੰਡੇ ਸੀਗੇ, ਕਿੰਨੇ ਮੁੰਡੇ ਸੀ ਜਿਨ੍ਹਾਂ ਦੀ ਝੜਪ ਹੋਈ ਹੈ? ਝੜਪ ਵੀਰੇ ਹੋਣਗੇ 7-8 ਹੋਣਗੇ, ਬਸ ਇੰਨੇ ਕੀ ਹੋਣਗੇ। ਕਿੱਥੋਂ ਮਰਾਤੀ ਸੀ, ਕਿੱਥੇ ਹੋਈ ਸੀਗੀ?
ਪਤਾ ਨਹੀਂ ਯਾਰ। ਪੀਤੀ ਹੋਈ ਸੀ ਵੀਰੇ? ਨਹੀਂ ਪੀਤੀ, ਕਿਸੇ ਜਿਹਨੇ ਫਾਇਰ ਕੀਤੀ ਆ, ਡਰਿੰਕ ਕੀਤੀ ਆ, ਉਹਦੀ ਪੀਤੀ ਹੋਈ ਸੀ। ਠੀਕ ਹੈ, ਕਿੰਨੇ ਫਾਇਰ ਕੀਤੇ ਉਹਨੇ? 3 ਫਾਇਰ ਹੋਏ ਨੇ ਵੀਰੇ। ਰਾਤ ਕਿੱਥੋਂ? ਕਿਸੇ ਲੱਗੀ ਵੀ ਆ? ਹਾਂਜੀ ਵੀਰੇ ਲੱਗੀ ਆ, ਮੁੰਡਾ ਸਿਵਲ ਹਸਪੀਟਲ 'ਚ ਗਿਆ ਹੋਇਆ। ਕਿੰਨੇ ਜਣੇ ਦੀ ਲੱਗੀ ਆ? 1 ਜਣੇ ਦੀ ਲੱਗੀ ਆ ਵੀਰੇ, 3 ਫਾਇਰ ਹੋਏ ਨੇ। ਤਿੰਨੋਂ ਗੋਲੀਆਂ ਉਹਦੇ ਲੱਗੀਆਂ? ਮੈਂ ਨਹੀਂ ਨਹੀਂ ਇੱਕ ਗੋਲੀ ਲੱਗੀ ਆ। ਠੀਕ ਹੈ, 2 ਫਾਇਰ ਉੱਤੇ ਹੋਏ ਨੇ। ਇੱਕ ਗੋਲੀ ਤੁਹਾਡੇ ਕੀ ਲੱਗਦੇ? ਆਪਣਾ ਭਰਾ ਹੀ ਸੀ ਵੀਰੇ। ਤੇ ਹੁਣ ਬਾਹਰ ਨਹੀਂ ਆਉਂਦੇ? ਨਹੀਂ, ਪੁਲਿਸ ਅੰਦਰ ਕਰਦੀ ਆ ਆਪਦੀ ਕਾਰਵਾਈ। ਜਿਹਦੇ ਲੱਗੀ ਉਹਦਾ ਕੀ ਨਾਮ ਹੈ? ਉਹਦਾ ਨਾਮ ਵਿੱਕੀ ਆ ਵੀਰੇ। ਠੀਕ ਹੈ, ਹਾਂਜੀ। ਕੀ ਇੱਥੇ ਸ਼ਾਦੀ ਮੱਕੀ ਮੁੰਡਿਆਂ ਵੱਲੋਂ ਸੀ? ਹਾਂਜੀ ਹਾਂਜੀ, ਮੁੰਡਿਆਂ ਵਾਲਿਆਂ ਵੱਲੋਂ ਸੀਗੇ ਵੀਰੇ। ਠੀਕ ਹੈ, ਹਾਂ। ਤੇ ਪਹਿਲਾਂ ਝੜਪ ਹੋਈ ਆ? ਹਾਂ, ਝੜਪ ਹੋਈ। ਜਿੰਨੇ ਗੋਲੀ ਚਲਾਈ ਜਿੰਨੇ ਬੱਚੇ? ਨਹੀਂ, ਪਹਿਲਾਂ ਫਾਇਰ ਹੋਇਆ, ਗਾਣੇ ਲਾਉਣ ਤੋਂ ਪਹਿਲਾਂ। ਜਾਨੀ ਕਹਿਣ ਦਾ ਮਤਲਬ ਵੀ ਜਦੋਂ ਗਾਣਾ ਲਾਉਣ ਗਏ ਉਹਨਾਂ ਨੇ ਜਾਨਸਾਰ ਫਾਇਰ ਕਰਤਾ ਬਾਈ। ਜਿਹਦੇ ਉਹ ਫਾਇਰ ਸਿੱਧਾ ਸਾਤੀ 'ਚ ਲੱਗੇ ਬਾਈ। ਜਿੰਨੇ ਗੋਲੀ ਮਾਰੀ ਹੈ ਜਿੰਨੇ ਵੱਜੀ ਆ, ਦੋਨੇ ਇੱਕ ਦੂਜੇ ਨੂੰ ਜਾਣਦੇ ਆ? ਨਹੀਂ ਨਹੀਂ, ਕੋਈ ਜਾਣਦੇ ਨਹੀਂ ਵੀਰੇ, ਕੁਛ ਨਹੀਂ ਹੈਗਾ, ਕੋਈ ਲੈਣ ਦੇ ਨਹੀਂ, ਕੁਛ ਨਹੀਂ ਪਤਾ। ਬਰਾਤ ਨਹੀਂ ਪਤਾ ਯਾਰ ਵੀਰੇ। ਕਿੱਥੋਂ ਬਰਾਤ ਆਈ? ਕਿੱਥੋਂ? ਲਿੱਤਰਾਂ ਪਿੰਡ ਤੋਂ ਆਈ। ਠੀਕ ਹੈ, ਕਿੱਧਰਲੇ ਪਾਸੇ ਪੈਂਦਾ? ਕਿਹੜੇ? ਨਹੀਂ, ਇਹ ਪੱਖੜ ਦੇ ਕੋਲੇ ਆਈ।